ਰਸ਼ੀਆ ਦੇ ਵਿੱਚ ਰੂਸ ਤੇ ਪ੍ਰਾਈਵੇਟ ਆਰਮੀ ਵੈਗਨਰ ਦੇ ਵਿੱਚ ਵਿਵਾਦ ਜਿਹੜਾ ਆ ਉਹ ਤੁਹਾਨੂੰ ਸਿਲਸਿਲੇਵਾਰ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ 5 ਮਹੀਨੇ ਦੇ ਵਿੱਚ ਇਹਨਾਂ ਨੇ ਯੂਕਰੇਨ ਦੇ ਦੋ ਸ਼ਹਿਰ ਜਿੱਤੇ ਤੇ ਟ੍ਰੇਨਿੰਗ ਕੈਂਪ ਦੇ ਉੱਪਰ ਹਮਲੇ ਤੋਂ ਬਾਅਦ ਜਿਹੜੇ ਉਹ ਰਿਸ਼ਤੇ ਵਿਗੜੇ ਸੋ 24 ਜੂਨ ਨੂੰ ਰੂਸ ਨੇ ਆਪਣੀ ਹੀ ਪ੍ਰਾਈਵੇਟ ਮਿਲਟਰੀ ਵੈਗਨਰ ਦੇ ਉੱਪਰ ਜਿਹੜਾ ਉਹ ਤਖਤਾ ਪਲਟ ਕਰਨ ਦੀ ਜਿਹੜੀ ਕੋਸ਼ਿਸ਼ ਕਰਨ ਦੇ આરોਪ ਲਗਾਏ ਇਸ ਤੋਂ ਬਾਅਦ ਮਾਸਕੋ ਨੂੰ ਜਿਹੜਾ ਉਹ ਹਾਈਲਾਈਟ ਤੇ ਰੱਖਿਆ ਗਿਆ ਤੇ ਉੱਥੇ ਤੱਕ ਪੁੱਜਣ ਵਾਲੇ M4 ਮੋਟਰ ਜਵੇ ਆ ਜਿਹੜੇ ਉਹ ਬਲੌਕ ਕਰਤੇ ਗਏ ਰੂਸ ਦੀ ਸਕਿਉਰਿਟੀ ਸਰਵਿਸ ਐਫਐਸਬੀ ਨੇ ਦੱਸਿਆ ਕਿ ਪ੍ਰਾਈਵੇਟ ਆਰਮੀ ਦੇ ਮਾਲਕ ਯevgeny Prigozhin ਦੇ ਉੱਪਰ ਜਿਹੜਾ ਉਹ ਰੂਸ ਦੇ ਖਿਲਾਫ ਦੇ ਜਿਹੜਾ ਵਿਦਰੋਹ ਦਾ ਮਾਮਲਾ ਦਰਜ ਕਰ ਲਿੱਤਾ ਗਿਆ ਆ। ਸੋ ਆਖਰ ਇਹ ਸਾਰਾ ਹੈ ਕਿ ਸੀਗਾ ਜਨਵਰੀ 2023 ਜਿਹੜੇ Prigozhin ਆ ਉਹਨਾਂ ਨੇ Soledar ਨੂੰ ਜਿਹੜਾ ਉਹ ਜਿੱਤਣ ਦਾ ਪੂਰਾ ਕ੍ਰੈਡਿਟ ਲੈ ਲਿਆ। ਉਹਨਾਂ ਨੇ ਰੂਸ ਦੇ ਡਿਫੈਂਸ ਮਿਨਿਸਟਰ ਦੇ ਉੱਤੇ આરોਪ ਲਗਾਇਆ ਕਿ ਉਹ Soledar ਨੂੰ ਜਿਹੜਾ ਉਹ ਜਿੱਤ ਜਿਹੜੀ ਉੱਥੋਂ ਦੀ ਆ ਉਹਨੂੰ ਛੇਨਣ ਦਾ ਜਿਹੜਾ ਉਹ ਖੋਹਣ ਦਾ ਖੋਹਣ ਦੀ ਕੋਸ਼ਿਸ਼ ਕਰ ਰਹੇ ਆ ਫਰਵਰੀ 2023 ਪ੍ਰਿਗੋਜਨ ਨੇ ਰੂਸ ਦੇ ਡਿਫੈਂਸ ਮਿਨਿਸਟਰ ਸਰਗਈ ਜਿਹੜੇ ਉਹਨਾਂ ਦੇ ਉੱਪਰ ਅਲੋਪ ਲਗਾਏ ਕਿ ਉਹਨਾਂ ਦੇ ਲੜਾਕਿਆਂ ਦੇ ਲਈ ਹਥਿਆਰ ਨਹੀਂ ਭੇਜ ਰਹੇ ਤੇ ਇਹਦੇ ਜਰੀਏ ਜਿਹੜਾ ਵੈਗਨਰ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ 5 ਮਈ 2023 ਪ੍ਰਿਗੋਜਿਨ ਨੇ ਰੂਸ ਨੂੰ ਜੜੀ ਉਹ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੂੰ ਹਥਿਆਰ ਨਹੀਂ ਮਿਲੇ ਤੇ ਉਹ ਬਖਮੁੱਦ ਦੇ ਵਿੱਚੋਂ ਆਪਣੇ ਜਿਹੜੇ ਲੜਾਕੇ ਉਹਨਾਂ ਨੂੰ ਬਾਹਰ ਕੱਢ ਲੈਣਗੇ ਇੱਕ ਵੀਡੀਓ ਪੋਸਟ ਕਰਕੇ ਉਹਨਾਂ ਨੇ ਕਿਹਾ ਹਥਿਆਰ ਨਾ ਹੋਣ ਦੀ ਵਜ੍ਹਾ ਤੇ ਕਰਕੇ ਉਹਨਾਂ ਦੇ ਹਜ਼ਾਰੋਂ ਲੜਾਕੇ ਮਾਰੇ ਜਾ ਚੁੱਕੇ ਆ ਤੇ ਇਹ ਜਾਣਕਾਰੀ ਦੰਦੇ ਹੋਏ ਉਹ ਜੜੀਆਂ ਲਾਸ਼ਾਂ ਦੇ ਵਿੱਚ ਖੜੇ ਸੀਗੇ 24 ਮਈ 2023 ਯਫਗੇਨੀ ਜਿਹੜੇ ਆ ਉਹਨਾਂ ਨੇ ਰੂਸ ਦੇ ਡਿਫੈਂਸ ਮਨਿਸਟਰ ਸਰਗੇਈ ਦੇ ਬਾਰੇ ਵਿੱਚ ਕਿਹਾ ਕਿ ਉਹਨਾਂ ਦੇ ਵਿੱਚ ਜੰਗ ਜਿੱਤਣ ਦੀ ਜੜੀ ਉਹ ਸ਼ਮਤਾ ਨਹੀਂ ਹੈਗੀ 5 ਜੂਨ 2023 ਵਿਕੋਜਨ ਨੇ ਦਾਅਵਾ ਕੀਤਾ ਕਿ ਪਖਮੂਤ ਜਿੱਤਣ ਤੋਂ ਬਾਅਦ ਉਹ ਤੋਂ ਦੀ ਨਿਕਲ ਰਹੇ ਉਹਨਾਂ ਨੂੰ ਜਿਹੜੇ ਉਹ ਲੜਾਕੇ ਉਹਨਾਂ ਦੇ ਉੱਥੇ ਹੈਗੇ ਆ ਉਹਨਾਂ ਨੂੰ ਜਿਹੜੀ ਰੂਸ ਦੀ ਡਿਫੈਂਸ ਮਿਨਿਸਟਰੀ ਨੇ ਜਿਹੜੀ ਮਾਰਨ ਦੀ ਸਾਜ਼ਿਸ਼ ਜਿਹੜੀ ਉਹ ਰਚੀ ਤੇ ਰਾਸਤੇ ਦੇ ਵਿੱਚ ਇਹਨਾਂ ਦੇ ਲਈ ਮਾਇਨਸ ਪਛਾਏ ਗਏ 11 ਜੂਨ 2023 ਰੂਸ ਦੇ ਰੱਖਿਆ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕੀਤਾ ਜਿਹਦੇ ਤਹਿਤ ਜੰਗ ਲੜ ਰਹੇ ਸਾਰੇ ਪ੍ਰਾਈਵੇਟ ਲੜਾਕੇ ਜਿਹੜੇ ਉਹਨਾਂ ਦੀਆਂ ਟੁਕੜੀਆਂ ਨੂੰ ਰੂਸੀ ਸ਼ੈਨਾ ਦੇ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤੇ ਵੈਗਨਰ ਦੇ ਮਾਲਕ ਜਿਹੜੇ ਆ ਪ੍ਰਿਗੋਜ਼ਨ ਉਹਨਾਂ ਨੇ ਕਿਹਾ ਕਿ ਅਸੀਂ ਰੱਖਿਆ ਮੰਤਰਾਲੇ ਦੇ ਨਾਲ ਇਹਦਾ ਕੋਈ ਵੀ ਸਮਝੌਤਾ ਨਹੀਂ ਕਰਾਂਗੇ 23 ਜੂਨ 2023 ਪ੍ਰਿਗੋਜ਼ਨ ਨੇ ਰੂਸੀ ਸੈਨਾ ਦੇ ਉੱਪਰ ਵੈਗਨਰ ਦੇ ਵਿੱਚ ਲੜਾਕਿਆਂ ਦੇ ਟ੍ਰੇਨਿੰਗ ਕੈਂਪ ਦੇ ਉੱਤੇ ਅਟੈਕ ਕਰਨ ਦੇ આરોਪ ਲਗਾਏ ਉਹਨਾਂ ਨੇ ਕਿਹਾ ਕਿ ਇਸ ਹਮਲੇ ਦਾ ਬਦਲਾ ਲਿਆ ਜਾਏਗਾ ਇਸ ਤੋਂ ਠੀਕ ਅਗਲੇ ਦਿਨ ਯਾਨੀ 24 ਜੂਨ ਨੂੰ ਖਬਰ ਆਈ ਕਿ ਵੈਗਨਰ ਨੇ ਰੂਸੀ ਸੀਮਾ ਦੇ ਵਿੱਚ ਦਾਖਲ ਹੋ ਕੇ ਰਸਟੋਵ ਦੇ ਮਿਲਟਰੀ ਹੈੱਡਕੁਆਰਟਰ ਦੇ ਉੱਤੇ ਕਬਜ਼ਾ ਕਰ ਲਿਆ ਸੋ ਯੂਕਰੇਨ ਜੰਗ ਦੇ ਵਿੱਚ ਪ੍ਰਾਈਵੇਟ ਆਰਮੀ ਦੇ 50 ਹਜ਼ਾਰ ਲੜਾਕਿਆਂ ਨੇ ਜਿਹੜਾ ਉਹ ਮੋਰਚਾ ਸੰਭਾਲ ਲਿਆ ਆ ਤੇ ਹਾਰ ਰਹੀ ਰੂਸੀ ਸੈਨਾ ਦੇ ਲਈ 5 ਮਹੀਨੇ ਦੇ ਵਿੱਚ ਦੋ ਸ਼ਹਿਰ ਜਿਹੜੇ ਉਹ ਜਿੱਤੇ ਆ 13 ਜਨਵਰੀ 2023 ਨੂੰ ਰੂਸ ਨੇ ਦਾਅਵਾ ਕੀਤਾ ਸੀ ਕਿ ਉਸ ਉਹਨਾਂ ਨੇ ਜਿਹੜੇ ਯੂਕਰੇਨ ਦੇ ਸੋਲੀਡਾਰ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ ਤੇ ਕਈ ਮਹੀਨਿਆਂ ਤੋਂ ਲਗਾਤਾਰ ਯੂਕਰੇਨ ਦੀ ਜਿਹੜੀ ਉਹ सेना ਦੇ ਤਰਫ ਤੋਂ ਤੁਸੀਂ ਦੇਖਿਆ ਸੀ ਗੱਲਾਂ ਆ ਰਹੀਆਂ ਸੀ ਕਿ ਆਰਮੀ ਜਿਹੜੀ ਆ ਉਹ ਖਦੇੜੀ ਜਾ ਰਹੀ ਆ ਰਸ਼ੀਆ ਦੀ ਸੋਇਸ ਵਿੱਚ ਜਿੱਤ ਜਿਹੜੀ ਉਹ ਕਾਫੀ ਅਹਿਮ ਸੀਗੀ। ਸੋ ਵੀਰੋ ਇਹ ਸਾਰੀ ਟਾਈਮ ਲਾਈਨ ਆ ਤੁਸੀਂ ਜਾ ਕੇ ਖੁਦ ਵੀ ਦੇਖਿਓ ਲੋਕੀ ਹਸਨ ਨਾ ਪੰਦੇ ਜਦੋਂ ਮੈਂ ਕਹਿੰਨਾ ਕਿ ਕਿ ਵੀਰੋ ਇਦਾਂ ਹੁੰਦਾ ਕਿ ਆਪਣੇ ਬੰਦੇ ਕੇ ਦੀ ਗੱਲ ਦਾ ਯਕੀਨ ਨਹੀਂ ਕਰਦੇ ਤਾਂ ਇਸ ਕਰਕੇ ਆਪਾਂ ਜਿਹੜਾ ਉਹ ਨਾਲ ਕਹਿਦੀਦਾ ਕਿ ਭਾਈ ਤੁਸੀਂ ਜਾ ਕੇ ਚੈੱਕ ਕਰ ਲਿਓ ਕਿਉਂਕਿ ਜਾਦਾ ਇੰਟੈਲੀਜੈਂਟ ਆ, ਜਾਦਾ ਹੁਸ਼ਿਆਰ ਆ ਇਸ ਕਰਕੇ ਕੋਸ਼ਿਸ਼ ਇਹ ਹੀ ਕਰੀਦੀ ਕਿ ਬੰਦਾ ਆਪ ਜਾ ਕੇ ਖੁਦ ਜਿਹੜੀ ਉਹ ਗੱਲ ਦੇਖ ਲਵੇ। ਬਾਕੀ ਪੜਦੇ ਰਹੋ। ਇਹੀ ਕਹਿ ਸਕਦੇ ਆ ਤੇ ਦੇਖਦੇ ਆ ਕੀ ਹੁੰਦਾ ਆਉਣ ਵਾਲੇ